ਸਸਿਕਲ ਦੋਸਤੋ ਕੀ ਹਾਲ ਚਾਲ ਲਓ ਦੋਸਤੋ ਹੋ ਗਈ ਹੈ 23 ਅਗਸਤ 2022 ਦਿਨ ਮੰਗਲਵਾਰ ਹਾਜ਼ਰਾ ਸੀ ਵੀ ਆ ਫੇਰ ਲੈ ਕੇ ਤੁਹਾਡੇ ਹਾਸਤੇ ਇਟਲੀ ਦੀਆਂ ਤੇ ਯੂਰਪ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਨਵੀਂ ਤਾਜੀ ਅਪਡੇਟ ਤੇ ਅਪਡੇਟ ਐਮਬੈਸੀ ਵੱਲੋਂ ਵੀ ਇੱਕ ਤਾਂ ਸਵੇਰ ਦੇ ਹੀ ਦਿੱਤੀ ਸੀ ਅਪਡੇਟ ਅਤੇ ਬਾਕੀ ਦੱਸ ਦਿਆਂ ਤੁਹਾਨੂੰ ਹੋਰ ਜਿਹੜੀ ਨਵੀਂ ਤਾਜੀ ਅਪਡੇਟ ਆਈ ਆ ਸੋ ਦੋਸਤੋ ਜਦੋਂ ਵੀ ਕੋਈ ਅਪਡੇਟ ਆਉਂਦੀ ਆ ਕੋਈ ਵੀ ਖਬਰ ਨਵੀਂ ਤਾਜੀ ਆਪਣੇ ਚੈਨਲ ਤੇ ਤੁਹਾਨੂੰ ਸਭ ਤੋਂ ਪਹਿਲਾਂ ਮਿਲੂਗੀ ਜਿੱਦਾਂ ਕਿ ਸਵੇਰ ਅਪਡੇਟ ਆਈ ਸੀ ਉਸ ਤੋਂ 10 ਮਿੰਟ ਦੇ ਅੰਦਰ ਅੰਦਰ ਤੁਹਾਡੇ ਤੱਕ ਉਹ ਐਮਬੈਸੀ ਦੀ ਅਪਡੇਟ ਪਹੁੰਚਦੀ ਹੋ ਗਈ ਸੀ ਸੋ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਗੱਲ ਕਰਾਂਗੇ ਅੱਜ ਦੋਸਤੋ ਗੱਲ ਕਰਾਂਗੇ ਇਟਲੀ ਤੇ ਯੂਰਪ ਦੀਆਂ ਜਿਹੜੀਆਂ ਨਿਊਜ਼ ਆ ਤੇ ਨਾਲ ਹੀ ਗੱਲ ਕਰਾਂਗੇ ਬਈ ਜਿਹੜੇ ਵੀ ਮੇਰੇ ਵੀਰ ਹਜੇ ਕਈ ਮੇਰੇ ਵੀਰਾਂ ਨੂੰ ਨਹੀਂ ਪਤਾ ਹਨਾ ਕਈ ਮੇਰੇ ਵੀਰ ਤਾਂ ਪੜ੍ਹੇ ਲਿਖੇ ਹੈਗੇ ਆ ਅਪਾਇੰਟਮੈਂਟਾਂ ਉਹਨਾਂ ਨੂੰ ਪਤਾ ਵੀ ਕਿਸ ਤਰ੍ਹਾਂ ਆਈਡੀ ਬਣਾ ਕੇ ਆਪਣਾ ਅਕਾਊਂਟ ਬਣਾ ਕੇ ਤੇ ਕਿਸ ਤਰ੍ਹਾਂ ਬੁੱਕ ਕਰਨੀ ਅਪਾਇੰਟਮੈਂਟ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਆਪਾਂ ਇੱਕ ਵੀਡੀਓ ਬਣਾਈ ਆ ਉਹ ਲਾਸਟ ਦੇ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਗੱਲ ਕਰਦੇ ਆ ਦੋਸਤੋ ਪਹਿਲਾਂ ਸਭ ਤੋਂ ਪਹਿਲਾਂ ਕਰੋਨਾ ਕੇਸਾਂ ਦੀ 1418 ਨਵੇਂ ਕੇਸ ਆਏ ਤੇ 25 ਮਰੀਜ਼ਾਂ ਦੀ ਹੋਈ ਹੈ ਮੌਤ ਤੇ 22075 ਮਰੀਜ਼ ਹੋਇਆ ਠੀਕ ਹੈ 63188 ਟੈਸਟ ਕੀਤੇ ਗਏ ਜਾਂ 100 ਦੀ ਪਹੁੰਚ ਦਿੱਤਾ 19.5 ਚੱਲ ਰਹੀ ਸੀ ਸੌਰੀ ਦੋਸਤੋ 25 ਨਹੀਂ 75 ਮਰੀਜ਼ਾਂ ਦੀ ਮੌਤ ਹੋਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਵਿੱਚ ਗੱਲ ਕਰਦੇ ਆ ਇਕਨੋਮੀ ਦੀ ਇਕਨੋਮੀ ਯੋ ਦੋਸਤੋ ਵੀ ਜਿਹੜਾ ਯੂਰੋ ਆ ਇਹ ਥੱਲੇ ਲੱਗ ਚੁੱਕਾ ਅਮਰੀਕਨ ਡਾਲਰ ਦੇ ਅਮਰੀਕਨ ਡਾਲਰ ਦਾ ਰੇਟ ਜਿਹੜਾ ਯੂਰੋ ਨਾਲੋਂ ਚੜ ਚੁੱਕਾ ਤਕਰੀਬਨ 1 ਯੂਰੋ ਅਮਰੀਕਨ ਡਾਲਰ ਦੇ ਮੁਕਾਬਲੇ 0.99 ਸੈਂਟ ਤੇ ਆ ਕੇ ਥੱਲੇ ਲੱਗ ਗਿਆ ਇਸ ਤੋਂ ਇਹ ਸਿੱਧ ਹੁੰਦਾ ਵੀ ਦੋਸਤੋ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਯੂਰਪਾਸਤੇ ਕੋਈ ਚੰਗੀ ਗੱਲ ਨਹੀਂ ਗਈ ਇਹਦਾ ਅਸਰ ਬਹੁਤ ਚੀਜ਼ਾਂ ਤੇ ਪੈਣਾ ਸਭ ਤੋਂ ਵੱਧ ਅਸਰ ਪੈਣਾ ਜਿਹੜਾ ਇਹ ਯੂਰਪ ਦੀ ਇਕਨੋਮੀ ਦੇ ਅਸਰ ਪੈਣਾ ਕਿਉਂਕਿ ਜਿਹੜਾ ਵੀ ਇਹਨਾਂ ਦਾ ਵਪਾਰ ਚੱਲਦਾ ਆਫਸੋ ਦੇ ਵਿੱਚ ਮੁਲਖਾਂ ਦਾ ਉਹਦੇ ਵਿੱਚ ਜਿਹੜਾ ਲੈਣ ਦੇਣ ਹੁੰਦਾ ਉਹ ਸਾਰਾ ਅਮਰੀਕਨ ਡਾਲਰ ਦੀ ਕਰੰਸੀ ਦੇ ਵਿੱਚ ਹੀ ਹੁੰਦਾ ਨਾ ਕਿ ਯੂਰੋ ਦੇ ਵਿੱਚ ਹੁੰਦਾ ਇਹਨਾਂ ਨਾਲ ਹੀ ਕਰੰਸੀ ਦਾ ਰੇਟ ਹੈ ਜਿਹੜਾ ਯੂਰੋ ਦਾ ਰੇਟ ਇੰਡੀਆ ਦੇ ਮੁਕਾਬਲੇ ਹੁਣ 98 ਰੁਪਏ 29 ਪੈਸੇ ਤੇ ਰਹਿ ਗਿਆ ਤੇ ਜਿਹੜਾ ਯੂ ਐਸ ਏ ਡਾਲਰ ਦਾ ਰੇਟ ਆ 98 ਰੁਪਏ 88 ਪੈਸੇ ਤੱਕ ਪਹੁੰਚ ਗਿਆ ਜਿਹੜਾ ਪੌਂਡ ਦਾ ਰੇਟ ਆ 94 ਰੁਪਏ 9 ਪੈਸੇ ਇੰਡੀਆ ਦੇ ਤੇ ਨਿਊਜ਼ੀਲੈਂਡ ਦਾ 98 ਰੁਪਏ 34 ਪੈਸੇ ਇੰਡੀਆ ਦੇ ਜੇ ਕੈਨੇਡੀਅਨ ਡਾਲਰ 68 ਰੁਪਏ 34 ਪੈਸੇ ਤੇ ਚੱਲ ਰਿਹਾ ਕਰੰਸੀ ਦੇ ਹਿਸਾਬ ਨਾਲ ਤੇ ਖਬਰ ਆ ਰਹੀ ਹੈ ਦੋਸਤੋ ਖਬਰ ਅਗਲੀ ਖਬਰ ਬਾਅਦਵਾਤ ਆ ਰਹੀ ਹੈ ਜਿੱਥੇ ਕਿ ਬੀਤੀ ਰਾਤ ਤਕਰੀਬਨ 9:30 ਵਜੇ ਦੀ ਖਬਰ ਆ ਏ ਵਪਾਰਵਾ ਦੇ ਵਿੱਚ ਕਮੂਨਾ ਪੈਂਦਾ ਮਿਸਤਰੀਨੋ ਜਿੱਥੇ ਕਿ ਇੱਕ ਹਾਸਾ ਵਾਪਰਿਆ ਜਿੱਥੇ ਕਿ ਇੱਕ ਨੌਜਵਾਨ ਜਿਹਦਾ ਕਿਸੇ ਦੇ ਸਕੂਟਰ ਇੱਕ ਖਰਾਬ ਹੋ ਜਾਂਦਾ ਤੇ ਸੜਕ ਦੇ ਕਿਨਾਰੇ ਤੇ ਖੜ ਕੇ ਉਹ ਆਪਣੇ ਬਾਕੀ ਦੋਸਤਾਂ ਨੂੰ ਫੋਨ ਕਰਦਾ ਤੇ ਉਹਦੇ ਜਿਹੜੇ ਦੋਸਤ ਆ ਸੱਤ ਦੋਸਤ ਵੀ ਉੱਥੇ ਆ ਕੇ ਉਹਦੀ ਹੈਲਪ ਜਦੋਂ ਮਦਦ ਕਰਨ ਲੱਗਦੇ ਆ ਤੇ ਉਹਨਾਂ ਸੱਤਾਂ ਦੇ ਸੱਤੇ ਬੰਦਿਆਂ ਦੇ ਉੱਤੇ ਇੱਕ ਕਾਰ ਜਿਹੜੀ ਆ ਕੇ ਚੜ ਜਾਂਦੀ ਆ ਜਿਹਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੁੰਦਾ ਪਰ ਸਾਰੇ ਸੱਤੇ ਦੇ ਸੱਤਾ ਨੂੰ ਹਸਪੀਟਲ ਵਿੱਚ ਪਾਦਵਾ ਦੇ ਹਸਪੀਟਲ ਵਿੱਚ ਭਰਤੀ ਕਰਨਾ ਪੈ ਜਾਂਦਾ ਕਿਉਂਕਿ ਸੱਟਾਂ ਫੇਟਾਂ ਸਾਰਿਆਂ ਦੇ ਹੀ ਲੱਗਦੀਆਂ। ਤੋਂ ਦੋਸਤੋ ਬਿਹਤਰ ਇਹੀ ਆ ਰਾਤ ਭਰਾਂਤੇ ਜਦੋਂ ਤੁਸੀਂ ਵੀ ਕਿਤੇ ਬਾਹਰ ਘੁੰਮਣ ਜਾਂਦੇ ਆ ਸੜਕ ਦੇ ਕਿਨਾਰੇ ਘੁੰਮਣ ਨਾਲੋਂ ਪਾਰਕਾਂ ਵਿੱਚ ਘੁੰਮਣਾ ਸਭ ਤੋਂ ਬਿਹਤਰ ਆ। ਅਗਲੀ ਖਬਰ ਤਰਨ ਤੀਨੋਂ ਤੋਂ ਆ ਰਹੀ ਹੈ ਜਿੱਥੇ ਸਵੇਰ ਸਿਤ 3:30 ਵਜੇ ਬੀਤੀ ਰਾਤ ਤਰੀਨੋਂ ਦਾ ਇੱਕ ਰਹਿਣ ਵਾਲਾ ਵਿਅਕਤੀ ਜਿਹਦੀ ਕੀ 34 ਸਾਲਾਂ ਦੀ ਉਮਰ ਦੱਸੀ ਜਾਂਦੀ ਹੈ ਉਹਦੀ ਲਾਸ਼ ਮਿਲੀ ਆ ਵਿਨੇਤ ਤੋਂ ਤਿਤ ਤਰੈਂਤੀਨੋ ਦੀਆਂ ਪਹਾੜਾਂ ਦੇ ਵਿੱਚ ਖਾਈ ਦੇ ਵਿੱਚ ਖਾਈ ਦੇ ਵਿੱਚ ਵਾਦੀ ਦੇ ਵਿੱਚ ਲਾਸ਼ ਮਿਲੀ ਹੈ ਬਰਫ਼ ਵਾਲੀਆਂ ਵਾਦੀਆਂ ਦੇ ਵਿੱਚੋਂ ਇਹਦੀ ਲਾਸ਼ ਮਿਲੀ ਹੈ ਜੋ ਕਿ ਟੂਰਿਸਟ ਸੀਗਾ ਇਹ ਪਹਿਲ ਗਰੀਨੋ ਦੇ ਰਹਿਣ ਵਾਲਾ ਸੀਗਾ ਤੇ ਜਿਹਦੀ ਡੈੱਡ ਬੋਡੀ 2500 ਮੀਟਰ ਡੂੰਗੀ ਵਾਦੀ ਦੇ ਵਿੱਚੋਂ ਜਿਹੜੀ ਹੈ ਇਹ ਡੈੱਡ ਬੋਡੀ ਬਰਾਮਦ ਕੀਤੀ ਗਈ ਆ ਅਗਲੀ ਖਬਰ ਦੋਸਤੋ ਆ ਰਹੀ ਹੈ ਇਜ਼ਰਾਈਲ ਤੋਂ ਇਜ਼ਰਾਈਲ ਦੇ ਵਿੱਚ ਪਿੱਛੇ ਤੁਸੀਂ ਵੀਡੀਓ ਵੀ ਵੇਖ ਰਹੇ ਹੋ ਕਿ ਇੱਕ ਬੈਂਕ ਦੇ ਵਿੱਚ ਇੱਕ ਬਲਦ ਦਾਖਲ ਹੋ ਜਾਂਦਾ ਜੁੜਾ ਕੇ ਬੈਂਕ ਦੇ ਵਿੱਚ ਚੰਗੀ ਤਬਾਈ ਮਚਾਉਂਦਾ ਵਿਚਾਰਾ ਬਲਦ ਜਿਹੜਾ ਕਿ ਬੈਂਕ ਦੀਆਂ ਫਰਸ਼ਾਂ ਦੇ ਉੱਤੋਂ ਤੱਕ ਦਾ ਫਿਸਲਦਾ دہشت ਪਾ ਰਿਹਾ तकरीबन 2 ਘੰਟੇ دہشت ਮਚਾਉਣ ਤੋਂ ਬਾਅਦ ਉਸ ਨੂੰ ਬਾਅਦ ਵਿੱਚ ਕਰਮਚਾਰੀਆਂ ਵੱਲੋਂ ਜਿਹੜਾ ਕਾਬੂ ਕਰ ਲਿਆ ਜਾਂਦਾ ਇਹ ਇਜ਼ਰਾਈਲ ਦੀ ਖਬਰ ਆ ਦੋਸਤੋ ਤੇ ਅਗਲੀ ਖਬਰ ਪੰਜਾਬ ਤੋਂ ਆ ਰਹੀ ਆ ਪੰਜਾਬ ਤੋਂ ਤੁਹਾਨੂੰ ਪਤਾ ਪੰਜਾਬ ਸਰਕਾਰ ਨੇ ਹੁਣ ਸਿਕੰਜਾ ਚਾਰੇ ਪਾਸੇ ਕਸਿਆ ਵਿਆ ਨੱਥ ਪਾਰੀ ਹੈ ਵਿਜੀਲੈਂਸ ਜਿਹੜੀ ਪੰਜਾਬ ਸਰਕਾਰ ਦੀ ਤੇ ਬੀਤੇ ਦਿਨ ਪੰਜਾਬ ਕਾਂਗਰਸ ਦੇ ਡੈਪਟੀ ਪ੍ਰਧਾਨ ਜਿਹੜਾ ਕਿ ਆਸ਼ੂ ਤੋਸ਼ ਪੂਸ਼ਨ ਜਿਹੜਾ ਕਿ ਲੁਧਿਆਣਾ ਦੇ ਟੈਂਡਰ ਘੁਟਾਲੇ ਵਿੱਚ ਚੱਕ ਲਿਆ ਗਿਆ ਇੱਕ ਨਾਈ ਦੀ ਦੁਕਾਨ ਤੋਂ ਚੱਕਿਆ ਦੁਕਾਨ ਦਾ ਨਾਮ ਸੀ ਅਲੋਰਾ हेयर ਸੈਲੂਨ ਤੋਂ ਚੱਕਿਆ ਗਿਆ ਆਪਣੇ ਵਾਲ ਕਟਵਾਉਂਦਾ ਆਸ਼ੂ ਤੇ ਵਿਜੀਲੈਂਸ ਨੇ ਚੱਕਿਆ ਛਾਪਾ ਮਾਰਿਆ ਦੋਸਤੋ ਇਹ ਖਬਰ ਜਿਹੜੀ ਬਹੁਤ ਵਾਇਰਲ ਹੋ ਰਹੀ ਆ ਪੰਜਾਬ ਦੇ ਮੀਡੀਆ ਦੇ ਵਿੱਚ ਤੇ ਅੱਗੇ ਦੋਸਤੋ ਤੁਸੀਂ ਵੇਖੋ ਵੀਡੀਓ ਵੀ ਕਿਵੇਂ ਆਪਾਂ ਆਈਡੀ ਬਣਾਉਣੀ ਹੈ ਆਪਣੀ VFS Google ਦੇ ਵਿੱਚ ਆਪਣੀ ਜਾ ਕੇ ਅਪਾਇੰਟਮੈਂਟ ਬੁੱਕ ਕਰਾਉਣ ਵਾਸਤੇ ਕਿਦਾਂ ਆਈਡੀ ਬਣਾਉਣੀ ਹੈ ਤੇ ਕਿਦਾਂ ਐਂਟਰ ਕਰਨਾ ਤੇ ਉਸ ਤੋਂ ਬਾਅਦ ਕਰਦੇ ਹਾਂ ਅਗਲੀ ਗੱਲ ਤੇ ਲਓ ਦੋਸਤੋ ਆ ਗਏ ਆਪਾਂ ਮੋਬਾਈਲ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਆਪਾਂ Google ਤੇ ਸਰਚ ਕਰਾਂਗੇ VFS Global Italy ਆ ਤੁਸੀਂ ਵੇਖ ਰਹੇ ਹੋ VFS Global Italy ਜਦੋਂ ਸਰਚ ਕੀਤਾ ਤੇ ਇਸ ਤਰ੍ਹਾਂ ਦਾ ਪੇਜ ਖੁੱਲੂਗਾ ਦੋਸਤੋ ਉੱਤੇ ਲਿਖਿਆ ਆਊਗਾ ਬੁੱਕ ਐਂਡ ਅਪਾਇੰਟਮੈਂਟ ਠੀਕ ਆ ਅਪਾਇੰਟਮੈਂਟ ਬੁੱਕ ਕਰਨ ਵਾਸਤੇ ਇਹ ਚੀਜ਼ ਤੇ ਇਸ ਤਰ੍ਹਾਂ ਦਾ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆ ਜਾਊਗਾ ਤੁਹਾਡੇ ਸਾਹਮਣੇ ਖੁੱਲ੍ਹ ਜਾਊਗਾ ਇਹਦੇ ਵਿੱਚ ਹੋਰ ਵੀ ਬਹੁਤ ਕੁਝ ਆ ਜਿਵੇਂ ਅਪਲਾਈ ਫਾਰ ਅ ਵੀਜ਼ਾ ਕੰਟੈਕਟ ਨੰਬਰ ਜਿਹਨੂੰ ਚਾਹੀਦਾ ਉਹ ਵੀ ਇਹਦੇ ਵਿੱਚ ਆ ਤੇ ਤੁਹਾਡੀ ਫਾਈਲ ਲੱਗੀ ਵੀ ਆ ਚੈੱਕ ਕਰਨੀ ਆ ਥੱਲੇ ਦੇਸੀ ਜਾਂਦਾ ਟਰੈਕ ਯੂਅਰ ਐਪਲੀਕੇਸ਼ਨ ਉਹਦੇ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਅਟ੍ਰੈਕ ਐਪਲੀਕੇਸ਼ਨ ਵਾਲੇ ਤੇ ਆਪਾਂ ਆਪਦੀ ਗੱਲ ਤੇ ਚੱਲਦੇ ਹਾਂ ਅਪਾਇੰਟਮੈਂਟ ਬੁੱਕ ਕਰਾਉਣ ਵਾਸਤੇ ਵੀ ਬੁੱਕ ਜਾਣ ਅਪਾਇੰਟਮੈਂਟ ਤੇ ਜਾ ਕੇ ਜਦੋਂ ਪਹੁੰਚਾਂਗੇ ਤਾਂ ਆ ਪੇਜ ਖੁੱਲ ਗਿਆ ਇਹਦੇ ਤੇ ਥੱਲੇ ਚੱਲ ਕੇ ਬੁੱਕ ਨਾਓ ਜਦੋਂ ਬੁੱਕ ਨਾਓ ਤੇ ਕਰਾਂਗੇ ਕਲਿੱਕ ਕਰ ਤੇ ਇਸ ਤਰ੍ਹਾਂ ਦਾ ਪੇਜ ਆ ਜਾਊਗਾ ਜੇ ਤੁਹਾਡੀ ਆਈਡੀ ਪਹਿਲਾਂ ਹੀ ਬਣੀ ਹੋਈ ਆ ਤਾਂ ਤੁਸੀਂ ਇਹਦੇ ਤੇ ਈਮੇਲ ਤੇ ਪਾਸਵਰਡ ਭਰ ਦੇਣਾ ਨਹੀਂ ਤਾਂ ਆਵੇ ਥੱਲੇ ਰਾਈਟ ਸਾਈਡ ਤੇ ਆਈ ਡੋਂਟ ਹੈਵ ਐਨ ਅਕਾਊਂਟ ਇਹ ਤੇ ਕਲਿੱਕ ਕਰਨਾ ਵੀ ਮੇਰੇ ਅਕਾਊਂਟ ਨਹੀਂ ਬਣਿਆਗਾ ਨਵਾਂ ਅਕਾਊਂਟ ਬਣਾਉਣ ਵਾਸਤੇ ਜਿਵੇਂ ਤੇ ਕਲਿੱਕ ਕਰਾਂਗੇ ਇਸ ਤਰ੍ਹਾਂ ਦਾ ਖੁੱਲਜੂ ਪੇਜ ਤੇ ਉੱਪਰ ਭਰਨੀ ਹੈ ਤੁਸੀਂ ਆਪਦੀ ਈਮੇਲ ਤੇ ਇੱਕ ਰੱਖਣਾ ਪਾਸਵਰਡ ਆਪਦੀ ਮਰਜ਼ੀ ਦਾ ਤੇ ਉਸੇ ਪਾਸਵਰਡ ਨੂੰ ਰਿਪੀਟ ਜਦੋਂ ਕਰੋਗੇ ਤੇ ਥੱਲੇ ਫਿਰ ਰਜਿਸਟਰ ਤੇ ਕਲਿੱਕ ਕਰ ਦੇਣਾ ਤੇ ਇਸ ਤਰ੍ਹਾਂ ਦਾ ਰਜਿਸਟ੍ਰੇਸ਼ਨ ਆ ਗਈ ਕੁਛ ਇਹਨਾਂ ਨੇ ਦੱਸਿਆ ਵੀ ਰਜਿਸਟ੍ਰੇਸ਼ਨ ਹੋਣ ਤੁਸੀਂ ਆਪਦੀ ਮੇਲ ਚੈੱਕ ਕਰਨੀ ਹੈ ਜਿਹੜੀ ਮੇਲ ਦੇ ਵਿੱਚ ਭਰੀ ਵੀ ਹੈ ਜਦੋਂ ਮੇਲ ਚੈੱਕ ਤੇ ਜਾਓਗੇ ਉੱਥੇ ਜਾ ਕੇ ਤੁਸੀਂ ਕਨਫਰਮ ਕਰਨਾ ਆਪਦਾ ਅਕਾਊਂਟ ਫੇਰ ਹੀ ਓਪਨ ਹੋਊਗਾ ਇਹ ਜਦੋਂ ਮੇਲ ਆਪਾਂ ਮੇਲ ਤੇ ਜਾ ਕੇ ਕਨਫਰਮ ਕਰ ਲਿਆ ਈਮੇਲ ਚੈੱਕ ਕੀਤੀ ਉਹ ਇੱਥੇ ਜਾ ਕੇ ਜਿਹੜਾ ਕਨਫਰਮ ਕਰ ਲਿਆ ਆਪਣਾ ਅਕਾਊਂਟ ਤੇ ਫੇਰ ਇਹ ਓਪਨ ਹੋਊਗਾ ਉਹ ਮੈਂ ਕਰ ਚੁੱਕਾ ਆਪਦਾ ਅਕਾਊਂਟ ਕੰਪਿਊਟਰ ਤੋਂ ਤੇ ਆ ਫੇਰ ਆਪਾਂ ਬੈਕ ਚਲਦੇ ਆਂ ਵਾਪਸ ਚਲਦੇ ਆਂ ਉਸੇ ਪੇਜ ਤੇ ਵੇ ਮੇਰੀ ਆਈਡੀ ਬਣ ਗਈ ਆ ਇੱਥੇ ਮੈਂ ਹੁਣ ਭਰੂੰਗਾ ਜਿਹੜਾ ਆਪਦੀ ਆਈਡੀ ਭਰੂੰਗਾ ਜਿਹੜੀ ਤੁਸੀਂ ਆਈਡੀ ਬਣਾਈ ਹੋਗੀ ਆ ਮੇਰੀ ਆਟੋਮੈਟਿਕ ਆ ਗਈ ਉੱਪਰ ਤੇ ਇਹਨੂੰ ਜਦੋਂ ਮੈਂ ਸਾਈਨ ਇਨ ਕਰੂੰਗਾ ਤੇ ਉਸ ਤੋਂ ਬਾਅਦ ਪੇਜ ਖੁੱਲ ਜਾਣਾ ਆਪਣਾ ਆ ਪਹਿਲਾਂ ਅਕਾਊਂਟ ਮੇਰਾ ਇਨਐਕਟਿਵ ਆ ਜਾਂਦਾ ਸੀ ਜਦੋਂ ਮੈਂ ਈਮੇਲ ਤੇ ਜਾ ਕੇ ਉਹਨੂੰ ਕਲਿੱਕ ਕੀਤਾ ਕਨਫਰਮ ਕੀਤਾ ਤੇ ਅਕਾਊਂਟ ਐਕਟਿਵ ਆ ਜਾਊਗਾ ਮੇਰਾ ਤੇ ਫੇਰ ਇਹ ਖੁੱਲ ਖੁੱਲ ਸਕਦੀ ਹੈ ਆਪਣੀ ਆਈਡੀ ਇਹ अपॉइंटमेंट ਦੋਸਤੋ ਆਈਡੀ ਬਣਾਉਣ ਵਾਸਤੇ ਮੈਂ ਛੋਟੀ ਇਹ ਵੀਡੀਓ ਬਣਾ ਰਿਹਾ ਹਾਂ ਇਸ ਤਰ੍ਹਾਂ ਦਾ ਪੇਜ ਖੁੱਲ ਜੂਗਾ ਜੇ ਤੁਹਾਨੂੰ ਅਪਾਇੰਟਮੈਂਟ ਬੁੱਕ ਕਰਨੀ ਆ ਸਟਾਰਟ ਅ ਬੁਕਿੰਗ ਤੇ ਇਸ ਤਰ੍ਹਾਂ ਆ ਜੂਗਾ ਦੋਸਤੋ ਇਹ ਤੇ ਚਾਰ ਪੰਜ ਪੇਜ ਆਉਂਦੇ ਆ ਬਸ ਪਹਿਲਾ ਪੇਜ ਆ ਮੇਨ ਆਹ ਭਰਨਾ ਪਹਿਲਾ ਸਭ ਤੋਂ ਉੱਪਰ ਭਰਨਾ ਤੁਸੀਂ ਸੈਂਟਰ ਵੀ ਕਿੱਥੋਂ ਦੀ ਅਪਾਇੰਟਮੈਂਟ ਚਾਹੀਦੀ ਹੈ ਬਹੁਤ ਸੈਂਟਰ ਆਉਂਦੇ ਆ ਪਰ ਤੁਸੀਂ ਨਵੀਂ ਦਿੱਲੀ ਤੇ ਜਾ ਕੇ ਨਵੀਂ ਦਿੱਲੀ ਵਾਲੇ ਸੈਂਟਰ ਤੇ ਕਲਿੱਕ ਕਰਨਾ ਆ ਗਿਆ ਇਟਲੀ ਵੀਜ਼ਾ ਅਪਲੀਕੇਸ਼ਨ ਸੈਂਟਰ ਨਿਊ ਦਿੱਲੀ ਥੱਲੇ ਇਹਨਾਂ ਨੇ ਆਟੋਮੈਟਿਕਲੀ ਡਿਫਾਲਟ ਕਰ ਦੇਣਾ ਡਿਫਾਲਟ ਇਟਲੀ ਇੰਡੀਆ 2 ਨੰਬਰ ਅਪਾਇੰਟਮੈਂਟ ਕੈਟਾਗਰੀ ਤੇ ਡਿਫਾਲਟ ਇੰਡੀਆ ਕੈਟਾਗਰੀ ਆਟੋਮੈਟਿਕ ਆ ਜਾਣੀ ਹੈ ਥੱਲੇ ਸਬ ਕੈਟਾਗਰੀ ਭਰਨੀ ਹੈ ਤੁਸੀਂ ਇੱਥੇ ਖਿਆਲ ਰੱਖਣਾ ਦੋਸਤੋ ਤੁਹਾਡਾ ਨੂਲਾ ਉਸਤਾਇਤ ਤੁਸੀਂ এমਪਲੋਇਮੈਂਟ ਵਿਦ ਨੂਲਾ ਉਸਤਾ ਇਹਦੇ ਤੇ ਕਲਿੱਕ ਕਰਨਾ ਐਸ ਯੂ ਆਈ ਤੇ ਇਹਦੇ ਬਹੁਤ ਆਪਸ਼ਨ ਆ ਕਈ ਤਰ੍ਹਾਂ ਦੇ ਵੀ ਰੀ-ਐਂਟਰੀ ਵੀਜ਼ੇ ਵਾਸਤੇ ਵੀ ਆ, ਸਟੱਡੀ ਵਾਸਤੇ ਵੀ ਆ, ਟੂਰਿਸਟ ਵਾਸਤੇ ਵੀ ਆ, ਫੈਮਿਲੀ ਵਾਸਤੇ ਵੀ ਐਪੁਆਇੰਟਮੈਂਟ। ਪਰ ਮੈਂ ਵਰਕ ਪਰ ਬੜਾ ਸਸ ਦੱਸ ਰਿਹਾ ਜਿਹੜੇ ਮੇਰੇ ਵੀਰਾਂ ਨੇ ਵਰਕ ਪਰ ਨੂਲਾ ਉਸਤ ਆ ਰਹੇ ਆ, ਉਹਨਾਂ ਨੇ ਐਪੁਆਇੰਟਮੈਂਟ ਕਿੱਦਾਂ ਬੁੱਕ ਕਰਨੀ ਆ। ਬਸ ਇਹ ਤੇ ਇਹੀ ਖਿਆਲ ਰੱਖਣਾ। ਬਈ ਇੰਪਲੋਇਮੈਂਟ ਵੈਦਰ ਨੂਲਾ ਉਸਤਾ ਐਸ ਯੂਆਈ ਤੇ ਕਲਿੱਕ ਕਰਕੇ ਤੇ ਤੁਸੀਂ ਅੱਗੇ ਐਂਟਰ ਕਰ ਜਾਣਾ ਇਹਦੇ ਵਿੱਚ। ਇੱਥੇ ਆ ਆ ਗਿਆ ਦੋਸਤੋ, ਐਪੁਆਇੰਟਮੈਂਟ ਸਲੋਟ ਆਰ ਕਰੰਟਲੀ ਅਵੇਲੇਬਲ ਨੋ ਅਪਾਇੰਟਮੈਂਟ ਸਲੋਟ ਬਈ ਸਲੋਟ ਉਪਲਬਧ ਹੈ ਨਹੀਂਗਾ ਹਜੇ ਨਾ ਤੁਸੀਂ ਇਸੇ ਤਰ੍ਹਾਂ ਹੀ ਚੈੱਕ ਕਰਦੇ ਰਹਿਣਾ ਜਦੋਂ ਵੀ ਸਲੋਟ ਓਪਨ ਹੋ ਗਿਆ ਵੀਡੀਓ ਬਣਾਉਣ ਤੋਂ ਪਹਿਲਾਂ ਇੱਕ ਮੈਂ ਅਪਾਇੰਟਮੈਂਟ ਬੁੱਕ ਕਰਕੇ ਟਾਈਮ ਰੇ ਵੀਰ ਦੀ ਉਹਨੇ ਮੈਨੂੰ ਪਾਸਪੋਰਟ ਆਉਦਾ ਭੇਜਿਆ ਸੀਗਾ ਤੇ ਹੁਣ ਅਪਾਇੰਟਮੈਂਟ ਬੁੱਕ ਨਹੀਂ ਹੋ ਰਹੀ ਸਲੋਟ ਬਿਜੀ ਆ ਰਿਹਾ ਇਸੇ ਤਰ੍ਹਾਂ ਹੀ ਤੁਸੀਂ ਇਸੇ ਚੀਜ਼ ਤੇ ਟਰਾਈ ਕਰਦੇ ਰਹਿਣਾ ਬਸ ਉਸ ਤੋਂ ਅੱਗੇ ਤਿੰਨ ਚਾਰ ਪੇਜ ਹੋਰ ਖੋਲਦੇ ਆ ਤੇ ਪੇਮੈਂਟ ਕਰਨੀ ਹੁੰਦੀ ਉਹ ਆਪਾਂ ਪੂਰੀ ਵੀਡੀਓ ਅਗਲੀ ਵੀਡੀਓ ਚ ਸ਼ੇਅਰ ਕਰਾਂਗੇ ਵੀ ਪੇਮੈਂਟ ਵਗੈਰਾ ਕਿੱਦਾਂ ਕਰਨੀ ਹੈ ਬਸ ਤੁਸੀਂ ਆ ਮੈਂ ਤੁਹਾਨੂੰ ਮਕਸਦ ਇਹੀ ਸੀਗਾ ਵੀ ਕਿੱਦਾਂ ਆਪਦੀ ਆਈਡੀ ਬਣਾ ਕੇ ਤੇ ਅਪਾਇੰਟਮੈਂਟ ਬੁੱਕ ਕਰਾਉਣ ਵਾਸਤੇ ਆ ਵੀ ਹੁਣ ਮੈਂ ਕੰਟੀਨਿਊ ਤੇ ਕਲਿੱਕ ਕਰੀ ਜਾਨਾ ਜੇ 슬ਾਟ ਹੈ ਨਹੀਂ ਜਦੋਂ 슬ਾਟ ਉਪਲਬਧ ਹੋਇਆ ਮਿਲਿਆ 슬ਾਟ ਤੇ ਕੰਟੀਨਿਊ ਤੇ ਕਲਿੱਕ ਹੋ ਜਾਣਾ ਤੇ ਆਪਣੀ ਜਿਹੜੀ ਅਪਾਇੰਟਮੈਂਟ ਆ ਉਹ ਬੁੱਕ ਹੋ ਜਾਣੀ ਆ ਤੇ ਅਗਲੀ ਵੀਡੀਓ ਵਿੱਚ ਮੈਂ ਦੱਸੂਗਾ ਦੋਸਤੋ ਪੇਮੈਂਟ ਵਗੈਰਾ ਕਿੱਦਾਂ ਕਰਨੀ ਹੈ ਕਿੱਦਾਂ ਨਹੀਂ ਆ ਤੁਸੀਂ ਦੋਸਤੋ ਇਹ ਵੇਖ ਹੀ ਲਿਆ ਵੀ ਕਿੱਦਾਂ ਆਪਾਂ ਐਂਟਰ ਕਰਨਾ ਇਹ ਦੋਸਤੋ ਮੈਂ ਵੀਡੀਓ ਉਦੋਂ ਤੱਕ ਬਣਾਈ ਆ ਜਦੋਂ ਤੱਕ ਸਲੋਟ ਆ ਜਿਹੜਾ ਬੰਦ ਹੋ ਚੁੱਕਾ ਸੀਗਾ ਜੇ ਸਲੋਟ ਖੁੱਲਾ ਹੁੰਦਾ ਫਿਰ ਮੈਂ ਪੂਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿਉਂਕਿ ਪਹਿਲਾਂ ਮੈਂ ਦੋ ਵੀਰਾਂ ਦੀਆਂ ਅਪਾਇੰਟਮੈਂਟਾਂ ਚੁੱਕ ਚੁੱਕਿਆ ਸੀਗਾ ਤੇ ਜਦੋਂ ਮੈਂ ਵੀਡੀਓ ਰਿਕਾਰਡ ਕਰਨ ਲੱਗਾ ਤੇ ਉਸ ਵੇਲੇ ਜਿਹੜੀ ਆ ਇਹ ਸਲੋਟ ਆ ਬੰਦ ਹੋ ਚੁੱਕਾ ਸੀਗਾ ਤੇ ਹੁਣ ਜਦੋਂ ਵੀ स्लॉट ਖੁੱਲਿਆ ਆਪਾਂ ਵੀਡੀਓ ਰਿਕਾਰਡ ਕਰਕੇ ਨਾਲ ਦੀ ਨਾਲ ਤੁਹਾਨੂੰ ਅਗਲੀ ਵੀਡੀਓ ਵੀ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ ਬਾਕੀ ਦੋਸਤੋ ਅਪਡੇਟ ਮੈਂ ਦੱਸ ਹੀ ਦਿੱਤੀ ਸੀ ਕਿ ਸਵੇਰ ਦੀ ਨਿਊਜ਼ ਦੇ ਵਿੱਚ ਹਨ ਜਿੰਨਾ ਵੀਰਾਂ ਦੇ ਨੂਲੇ ਉਸਤੇ ਅਪਡੇਟ ਨਹੀਂ ਹੋਏਗੇ ਹਨ ਤੇ ਉਹਨਾਂ ਨੂੰ ਐਮਬੈਸੀ ਵਾਪਸ ਮੋੜ ਰਹੀ ਮੋੜ ਰਹੀ ਹੈ ਤੇ ਹੁਣ ਤੁਸੀਂ ਆਪਣਾ ਪਿੱਛੇ ਕੰਟੈਕਟ ਕਰਕੇ ਅਪਡੇਟ ਤੁਹਾਨੂੰ ਇਟਲੀ ਦੇ ਵਿੱਚੋਂ ਹੀ ਇਧਰੋਂ ਹੀ ਕਰਵਾਉਣੇ ਪੈਣੇ ਆ ਚੱਕਰ ਉਹੀ ਆ ਦੋਸਤੋ ਇੱਥੇ ਹੋਰ ਕੋਈ ਚੱਕਰ ਨਹੀਂ ਰੋਗਾ ਇੰਡੀਆ ਦੇ ਸਿਸਟਮ ਦਾ ਪੈ ਜਾਂਦਾ ਕਿਉਂਕਿ ਜਦੋਂ ਵੀ ਇਹ ਮੇਲ ਕਰਦੀ ਆ ਪਰ ਫਾਟੂਰਾ ਮੇਲ ਕਰਦਾ ਅੰਬੈਸੀ ਨੂੰ ਇੱਕ ਮੇਲ ਕਰਦਾ ਤੇ ਇੱਕ ਤੁਹਾਨੂੰ ਕਾਪੀ ਪਹੁੰਚ ਜਾਂਦੀ ਹੈ ਤੇ ਇੰਡੀਆ ਦਾ ਸਿਸਟਮ ਇਹੋ ਜਿਹਾ ਵੀ ਉਹ ਮੇਲ ਨੂੰ ਓਪਨ ਕਰਕੇ ਨਹੀਂ ਵੇਂਦਾ ਜਿੰਨਾ ਚੱਕਰ ਮੇਲ ਇਧਰੋਂ ਭੇਜੀ ਹੋਈ ਮੇਲ ਓਪਨ ਨਹੀਂ ਹੁੰਦੀ ਉਹਨਾਂ ਚਿਰ ਤੁਹਾਡਾ ਜਿਹੜਾ ਇਹ ਨੂਲਾ ਉਸ ਦਾ ਉਧਰ ਅਪਡੇਟ ਸ਼ੋ ਨਹੀਂ ਹੋਣਾਗਾ ਸੋ ਘਾਟ ਇੱਥੇ ਪੈ ਜਾਂਦੀ ਹੈ ਜਦੋਂ ਇਧਰੋਂ ਦੁਬਾਰਾ ਤੁਸੀਂ ਮੇਲ ਕਰਾਉਗੇ ਫਿਰ ਦੁਬਾਰਾ ਉਹ ਮੇਲਾਂ ਚੈੱਕ ਕਰਨਗੇ ਕੋ ਖੋਲਣਗੇ ਤੇ ਫਿਰ ਅਪਡੇਟ ਸ਼ੋ ਹੋਣ ਲੱਗਣਗੇ ਇਹ ਸਿਸਟਮ ਸਾਰਾ ਸਿਸਟਮ ਇੰਡੀਆ ਦਾ ਸਿਸਟਮ ਇਸ ਉਨਪਰਾਭਿਕ ਦਾ ਸਾਰੇ ਉੱਤੇ ਕੌਲੀ ਬੈਠੇ ਮੇਰੇ ਅਗੇ ਤੇ ਬਾਕੀ ਦੋਸਤੋ ਇਹੀ ਚ ਨਵੀਆਂ ਤਾਜ਼ੀਆਂ ਅਪਡੇਟ ਮਿਲਦੇ ਆ ਕੱਲ ਨੂੰ ਕੱਲ ਦੀ ਅਪਡੇਟ ਦੇ ਨਾਲ ਤਦ ਤੱਕ ਦਿਓ ਆ ਗਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ